ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤਧਾਰੀ ਸਿੱਖਾਂ ਦੀ ਵੋਟਾਂ ਦੇ ਮੁੱਦੇ ਤੇ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਪਾਰਲੀਮੈਂਟ ਨੇ ਫੈਸਲਾ ਲਿਆ ਉਹਦੇ ਮੁਤਾਬਕ ਇੱਕ ਤਰੀਕੇ ਨਾਲ ਇਹ ਗੱਲ ਤੈਅ ਹੋ ਗਈ ਹੈ ਕਿ ਸਹਿਤਧਾਰੀ ਸਿੱਖਾਂ ਨੂੰ ਹੁਣ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੋਟ ਦਾ ਕੋਈ ਅਧਿਕਾਰ ਨਹੀਂ ਰਿਹਾ। ਪਿਛਲੇ ਦਿਨਾਂ ਦੇ ਅੰਦਰ ਪਹਿਲਾਂ ਰਾਜ ਸਭਾ ਨੇ ਇਸ ਮੁੱਦੇ ਤੇ ਜਿਹੜੀ ਸੋਚ ਸੀ ਉਸ ਨੂੰ ਪ੍ਰਵਾਨਗੀ ਦਿੱਤੀ ਅਤੇ ਹੁਣ ਲੋਕ ਸਭਾ ਦੇ ਵਿੱਚ ਜਿਹੜੀ ਇਹਦੇ 'ਤੇ ਮੋਹਰ ਲੱਗਦੇ ਨਾਲ ਇਹ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਸਿੱਖ ਭਾਈਚਾਰੇ ਕੋਲ ਹੀ ਰਹੇਗਾ। ਪਰ ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਗੁਰੂ ਨਾਨਕ ਨਾਮ ਲੇਵਾ ਇਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪੈਰੋਕਾਰ ਜਾਂ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਨਾਲ ਜਾਂ ਸਿੱਖੀ ਦੇ ਤੁਰੇ ਦੇ ਨਾਲ ਕਿਵੇਂ ਜੋੜ ਕੇ ਰੱਖਿਆ ਜਾ ਸਕਦਾ ਹੈ? ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਇਸ ਸੋਧ ਦੇ ਆਉਣ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਨਗਾਰ ਆਏ ਹੈ ਉਹ ਸਾਰੇ ਨਗਾਰ ਦੂਰ ਹੋ ਜਾਣਗੇ? ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਨਾਲ ਚਾਚਾ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ ਭਾਈ ਅਸ਼ੋਕ ਸਿੰਘ ਬਾਗੜੀਆਂ ਉੱਗੇ ਸਿੱਖ ਵਿਦਵਾਨ, ਇਸੇ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰਸ ਦਾ ਕਰਨੈਲ ਸਿੰਘ ਪੰਜੌਲੀ, ਸਾਹ ਪਰਮਜੀਤ ਸਿੰਘ ਰਾਣੂ ਸਹਿਤਧਾਰੀ ਸਿੱਖ ਪਾਰਟੀ ਦੇ ਪ੍ਰਧਾਨ, ਮੈਂ ਤਿੰਨਾਂ ਹੀ ਮਹਿਮਾਨਾਂ ਨੂੰ ਜੀ ਆਖਦਾ। ਪੰਜੌਲੀ ਜੀ, ਜਦੋਂ ਆਪਾਂ ਇਸ ਮੁੱਦੇ 'ਤੇ ਚਰਚਾ ਸ਼ੁਰੂ ਕਰਨ ਲੱਗੇ ਹਾਂ ਤਾਂ ਕੀ ਜਿਹੜਾ ਪਾਰਲੀਮੈਂਟ ਨੇ ਪਹਿਲਾਂ ਰਾਜ ਸਭਾ ਉਸ ਤੋਂ ਬਾਅਦ ਲੋਕ ਸਭਾ ਨੇ ਜੋ ਕੀਤਾ ਹੈ ਉਹਦੇ ਨਾਲ ਲੱਗਦਾ ਹੈ ਕਿ ਜਿਹੜਾ ਹੈ ਕਿੰਨੀ ਕੁ ਵੱਡੀ ਸੈਟਿਸਫੈਕਸ਼ਨ ਹੈ ਸਿੱਖ ਭਾਈਚਾਰੇ ਦੇ ਅੰਦਰ, ਜਾਂ ਤੁਸੀਂ ਇਹਦੇ 'ਤੇ ਕੀ ਕਮੈਂਟ ਕਰਨਾ ਚਾਹੋਗੇ? ਦੇਖੋ ਜੀ, ਪਹਿਲੀ ਗੱਲ ਤਾਂ ਹੈ ਵੀ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ। ਫੈਸਲਾ ਦਰੁਸਤ ਹੈ ਔਰ ਸਹੀ ਹੈ। ਪੰਥ ਨੇ ਇਸ ਫੈਸਲੇ ਲਈ ਇੱਕ ਲੰਮੀ ਜਦੋਜਹਿਦ ਕੀਤੀ ਹੈ। ਓਕੇ, ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ ਇਸ ਸੰਸਾਰ ਵਿੱਚ ਅਵਤਾਰ ਧਾਰਨ ਦੇ ਸਮੇਂ ਭਾਈ ਗੁਰਦਾਸ ਜੀ ਇੱਕ ਜ਼ਿਕਰ ਕਰਦੇ ਨੇ ਆਪਣੀ ਬਾਣੀ ਵਿੱਚ। ਉਹਨਾਂ ਨੇ ਕਿਹਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਿਹੜਾ ਪੰਥ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਸੀ ਉਸ ਪੰਥ ਨੂੰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਸ਼ਕਲ, ਇੱਕ ਪਹਿਰਾਵਾ, ਇੱਕ ਸਿਧਾਂਤ, ਇੱਕ ਪਰੰਪਰਾ, ਇੱਕ ਮਰਿਆਦਾ ਪੰਥ ਨੂੰ ਬਖਸ਼ਿਸ਼ ਕੀਤੀ ਅਨੰਦਪੁਰ ਸਾਹਿਬ ਦੇ ਵਿੱਚ। ਔਰ ਇਸ ਮੁਲਕ ਦੇ ਅੰਦਰ ਨਹੀਂ ਬਲਕਿ ਦੁਨੀਆ ਦੇ ਅੰਦਰ ਗੁਰੂ ਕਾ ਸਿੱਖ ਜਿਹੜਾ ਅਨੰਦਪੁਰੀ ਵਿਚਾਰਧਾਰਾ ਦੀ ਪਹਿਰੇਦਾਰੀ ਕਰਦਿਆਂ ਜਿਹੜਾ ਉਹਨੂੰ ਖਾਲਸਾਈ ਸਰੂਪ ਦਿੱਤਾ ਉਹ ਵਿਲੱਖਣ ਹੈ, ਮਾਣਮੱਤਾ ਹੈ ਅਤੇ ਗੌਰਵਮੱਤਾ ਹੈ। ਅਤੇ ਮੈਂ ਇਹ ਸਮਝਦਾ ਕਿ ਹਰ ਸਿੱਖ ਨੂੰ ਉਸ ਰੂਪ ਨੂੰ ਪ੍ਰਵਾਨ ਕਰਨ ਦਾ ਯਤਨ ਕਰਨਾ ਚਾਹੀਦਾ। ਔਰ ਕਿੱਡੀ ਵੱਡੀ ਮਾਣ ਵਾਲੀ ਗੱਲ ਹੈ ਇਹ ਕਿ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਜੇ ਕੋਈ ਪੈਗੰਬਰ ਸੀ ਉਹਦਾ ਮੁਰੀਦ ਕਦੇ ਪੈਗੰਬਰ ਨਹੀਂ ਬਣ ਸਕਿਆ। ਜੇ ਕੋਈ ਹੋਰ ਕਿਸੇ ਰੂਪ ਦੇ ਵਿੱਚ ਸੀ, ਚੇਲੇ ਅਤੇ ਗੁਰੂ ਦੇ ਵਿੱਚ ਬੜਾ ਵੱਡਾ ਫਰਕ ਰਿਹਾ। ਓਕੇ, ਲੇਕਿਨ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਅੰਮ੍ਰਿਤ ਛਕਾ ਕੇ ਬਹੁਤ ਵੱਡਾ ਮਾਣ ਸਿੱਖ ਨੂੰ ਬਖਸ਼ਿਸ਼ ਕੀਤਾ ਜਦੋਂ ਇਹ ਕਿਹਾ ਕਿ ਇਹ ਖਾਲਸਾ ਜਿਹੜਾ ਹੈ ਇਹ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰੂ ਪੂਰਾ। ਜੀ, ਮੌਜੂਦਾ ਮੁੱਦੇ ਤੇ ਤੁਹਾਡੇ ਕਮੈਂਟ ਸਿੱਧੂ ਸਾਹਿਬ, ਮੈਂ ਇਹ ਸਮਝਦਾ ਕਿ ਸਾਨੂੰ ਉਸ ਖਾਲਸੇ ਦੇ ਸਰੂਪ ਦੇ ਵਿੱਚ ਗੌਰਵ ਕਰਨਾ ਚਾਹੀਦਾ, ਮਾਣ ਕਰਨਾ ਚਾਹੀਦਾ। ਅਤੇ ਮੈਂ ਇਹ ਸਮਝਦਾ ਕਿ ਸਾਨੂੰ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਜੀ, ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਸਿੱਖੀ ਦੇ ਵਿੱਚ ਸਹਿਜਧਾਰੀ ਨਾਂ ਦੀ ਕੋਈ ਕਲਾਜ਼ ਹੈ ਹੀ ਨਹੀਂ। ਉਹ ਕਿਸ ਮੁੱਦੇ 'ਤੇ ਮੈਂ ਦੁਬਾਰਾ ਆਉਣਾ ਪੰਜੌਲੀ ਸਾਹਿਬ, ਤੁਸੀਂ ਇਸ ਚੀਜ਼ ਨੂੰ ਵੈਲਕਮ ਕਰਦੇ ਹੋ। ਭਾਈ ਬਾਗੜੀ ਜਿਹੜਾ ਪਾਰਲੀਮੈਂਟ ਦੇ ਵਿੱਚ ਆਇਆ, ਪਹਿਲਾਂ ਰਾਜ ਸਭਾ ਅਤੇ ਹੁਣ ਲੋਕ ਸਭਾ, ਅਤੇ ਇਸ ਮੁੱਦੇ 'ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਵੀ ਇਹ ਪਹਿਲੀ ਗੱਲ ਤਾਂ ਇਹ ਹੈ ਵੀ ਇਹਦੇ ਵਿੱਚ ਸਾਨੂੰ ਪਾਰਲੀਮੈਂਟ ਦੀ ਲੋੜ ਕੀ ਹੈ? ਹਰ ਇੱਕ ਚੀਜ਼ ਦੇ ਵਿੱਚ ਦਖਲ ਸਰਕਾਰ ਦਾ, ਇਹ ਸਾਡਾ ਮਜ਼ਹਬ ਦਾ ਜਮਾਤ ਦਾ ਕੰਮ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਸਹਿਜਧਾਰੀ ਦੀ ਡੈਫੀਨੇਸ਼ਨ ਕੀ ਹੈ? ਮੇਰੇ ਹਿਸਾਬ ਨਾਲ ਤਾਂ ਦੋ ਹੀ ਸਿੱਖ ਨੇ, ਇੱਕ ਅੰਮ੍ਰਿਤਧਾਰੀ, ਇੱਕ ਗੈਰ ਅੰਮ੍ਰਿਤਧਾਰੀ। ਜਿਸ ਤਰ੍ਹਾਂ ਪੰਜੌਲੀ ਸਾਹਿਬ ਨੇ ਕਿਹਾ, ਉਹ ਜਿਹੜਾ ਆਪੇ ਗੁਰਚੇਲਾ, ਇਹ ਚੌਥੇ ਮਹਾਰਾਜ ਦੇ ਪਹਿਲਾਂ ਦੱਸ ਕਹਿ ਗਏ ਨੇ। ਓਕੇ, ਤਖ਼ਤ ਵੈਸੇ ਤਖ਼ਤ ਕੀ ਲਾਇਕ, ਇਹ ਪਹਿਲੇ ਮਹਾਰਾਜ ਕਹਿ ਗਏ। ਅਤੇ ਭਾਈ ਗੁਰਦਾਸ ਦੂਸਰੇ ਨੇ ਤਾਂ ਇਹ ਲਿਖਤਾ, ਗੁਰਸੰਗਤ ਕਿੰਨੀ ਖਾਲਸਾ, ਜਿਹੜੀ ਸੰਗਤ ਸੀ ਗੁਰੂ ਨਾਨਕ ਨੇ ਤਿਆਰ ਕੀਤੀ ਉਹਨੂੰ ਖਾਲਸਾ ਬਣਾਤਾ। ਹੁਣ ਫਿਰ ਇਹ ਸਹਿਜਧਾਰੀ ਦਾ ਜਿਹੜਾ ਲਫਜ਼ ਹੈ ਜਾਂ ਇਹਦੀ ਹੋਂਦ ਹੈ, ਇਹ ਹੈ ਕੀ?
अगर कोई सहजधारी है, सहजधारी अपना जो आम लफ्ज वरते हैं भी सहज होगा भी जो हौली 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 कितने पहुँचना है सहजे पहुँचता हो सहज की अवस्था हाँ वो की अवस्था है। मेरा एक दोस्त है 88 साल का, वो जी भी सहजधारी है। हूँ वो सहजधारी कदों सिख बनेगा? एक दूसरा ये कि की एक सिख दे घर पैदा होया आदमी गुरसिख सहजधारी हो सकता है? वो तो या अमृता जिनी देर अमृत नहीं छकता उन्नी देर गैर अमृतधारी सिख है। जो दिन अमृत छक लेगा उस दिन अमृतधारी सिख हो जाएगा। तीसरी जड़ी चीज़ है वो कोई नहीं है, इसनों असेंबली दी इलेक्श या पार्लीमेंट दी इलेक्शन वास्ते मुद्दा बना के इसनों करना ये पंथ नाल तीजे मेहमान राणू जी जिन्हां बारे मैं हुण क्वेश्चन लवांगा, इन्हां ने लंबे समय तो इस मुद्दे ते लड़ाई लड़ी है कि सहजधारी सिखां नूं वोट दा हक मिलना चाहिए। राणू जी, जिहड़ा हुण पार्लीमेंट दे अंदर आया है, इस मुद्दे ते तुसीं की कमेंट करोगे? देखो जी, कोई भी कम्यूनिटी है, कोई भी रिलीजन है, उहदे विच किसी भी पार्लीमेंट या किसी भी सरकार नूं दखल नहीं देना चाहिए। ये साडा कॉन्स्टिट्यूशनल राइट हुंदा टू प्रोफेस अवर रिलीजन, फेथ इन द रिलीजन, ये साडा कॉन्स्टिट्यूशनल राइट्स ने। जी जी। और जो बागड़िया साहब ने गल की बिल्कुल सही की है उन्होंने, और मैं उन्होंने सहमत भी हाँ। और अज जिहड़ी बिल आया हैगा, ये बिल एक सांप्रदायिक बिल है। साड़ी पार्टी इनू इसलिए संप्रदायिक कहती है कि एक RSS जिहड़ी एक फोर्स है, जिहड़ी कि एक संप्रदायिक फोर्स अज देश दे उपर राज कर रही है। भारतीय जनता पार्टी की NDA सरकार है सेंटर दे विच, बहु गिनती उन्हां कोल मैंबरस ने पार्लीमेंट दे विच, और उस सरकार की भाईवाल सरकार साड़ी श्रोमणी अकाली दल है जी, बिल्कुल पंजाब ते जिन्हां दा राज है। और अज जिहड़ी संप्रदायिक ताकतां ने इन्हां दा इक्को इक मुद्दा हुंदा है कि देश ते राज करना तां सब तों पहलां मिनोरिटीज़ नूं डिवाइड करो, मिनोरिटीज़ नूं घट गिणतियां नूं डिवाइड करके देश दे उपर राज कीता जांदा है। और अज जिहड़ा कम्यूनल बिल पास होया, एक बहुत वड्डी चपेड़ है डेमोक्रेसी दे उपर। ओके, किवें कहना चाहुंदा मैं वो मैं तुहानूं स्पष्ट करदा कि सैकुलर फोर्सिस खास करके जिहड़ी कि राज्यसभा दे विच भारू ने जी, जिन्हां दी बहुगिणती है और जिन्हां कोल कह सकदे कि जिहड़ी अज BJP है ये माइनोरिटी दे विच है राज्यसभा दे विच, और उस हाउस दे विच जिथे सैकुलर फोर्सिस भारू होन उस हाउस दे विच एहो जा कम्यूनल बिल जिहड़ा मिनोरिटीज़ नूं डिवाइड करदा होवे उह सर्वसम्मति नाल पास हो जावे जी, एक बहुत वड्डा सवाल है। और ये एक इंडियन डेमोक्रेसी दे उपर एक प्रश्न चिन्ह है कि मिनोरिटीज़ नूं डिवाइड करन वाला कम्यूनल बिल राज्यसभा दे विच पास होवे जिथे सैकुलर फोर्सिस जिहड़ियां बाहर आके दावा करदियां ने, नारे लाउंदियां ने कि असी धर्म निरपक्ष हां सैकुलर हैं, उन्हां दी हाजरी दे विच उन्हां दा यूनैनिमस डिसीजन बन जावे उह बिल और उह पास हो जावे, कोई डिस्कशन ना हो। राणू जी की लगता कि मतलब लगता कि सरकार दे दबाव हेठा आ के जिहड़ियां चीज़ां तुसीं सैकुलर फोर्सिस जिहड़ियां सो कॉल्ड सैकुलर फोर्सिस हैगियां वह भी उस प्रैशर दे विच आ गईयां? देखो, मैं कहांगा कि सब तो वड्डी सैकुलर फोर्स उत्थे कांग्रेस सी, दूसरिया पार्टियां भी CPI CPM BSP सारिया पार्टियां बैठी सी, मैं किसी एक ते नहीं किंतु करदा, पर मैं कहांगा कि जिस सैकुलर फोर्सिस ने उन्हां फोर्सिस की हाजरी दे विच एक बिल पास हो रहा है जिहड़ा कि कम्यूनल बिल है, जिहड़े साडे गृह मंत्री ने राजनाथ जी वो जो बिल पास कर रहे ने उन्होंने ये भी नहीं दस्या कि बिल असीं बैकडेट तो पास कर रहे हैं कि 2003 तो पास हो रहे, ये भी नहीं पता उन्होंने। और हाउस ने उन्हें पास करता है तो स्पीकर साहब ने कहता है इट इज़ यूनैनिमसली पास। जी जी, ओके। जो तुम कम्यूनल बिल की गल करते हैं, पंजोली जी इन्होंने बड़ा वड्डा एक इशू रेज किया है कि यह बिल जिहड़ा कम्यूनल हैगा फिरकू हैगा, दूजियां पार्टियां भी वो दबाव हेठां आके इस गल नूं मन गईयां। ब्रेक तो पहले इस मुद्दे से मैं जानना चाहुंदा कि वाकई ही कोई फिरकू बिल है जां RSS का कोई जां दूजियां पार्टियां जिद्दां इन्हां ने कोई एजेंडा हैगा कि भाईचारे नूं आपस विच डिवाइड किया जाए? देखो, मैं एक गल जिहड़ी है ना, पिछले लंबे समय तो राणू साहब इस इशू ते लड़ाई लड़दे आ रहे हैं। बिल्कुल सही। इन्हां दी इच्छा भावना की है मैनू तो इस बारे खैर नहीं पता, पर मैं ये समझदा भी जे इन्हां दी भावना यह है कि श्रोमणी गुरुद्वारा प्रबंधक कमेटी दे विच आए निघार दे विच सुधार होण दी करन दी जरूरत है जी, जे उस भावना नाल ये काम करना चाहुंदे ने फिर मैं समझदा भी जिन्ने लंबे समय तो ये इस पासे जदोजहद करदे ने उन्हां चिर नूं तां सिक्खी सरूप धारण करके चोण लड़ सकदे सी ते अंदर बड़ा सुधार कर सकदे सी जे उस भावना। दूजी गल जिहड़ी मैं समझदा कि जदों असी ही उस मतलब सिख ही इस इशू नूं
ਅਦਾਲਤਾਂ ਵਿੱਚ ਲੈ ਕੇ ਗਏ, ਸਿੱਖ ਹੀ ਇਸ ਇਸ਼ੂ ਨੂੰ ਅੱਗੇ ਪਾਰਲੀਮੈਂਟ ਵਿੱਚ ਲੈ ਕੇ ਗਏ, ਤਾਂ ਫਿਰ ਕੁਦਰਤੀ ਗੱਲ ਆ ਕਿ ਉੱਥੇ ਦਖਲ ਤਾਂ ਹੋਏਗਾ ਹੀ ਜੀ। ਸਾਡਾ ਫਰਜ਼ ਤਾਂ ਇਹ ਬਣਦਾ ਸੀ ਕਿ ਇਸ ਇਸ਼ੂ ਨੂੰ ਅਸੀਂ ਆਪਣੇ ਅੰਦਰ ਬੈਠ ਕੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਬੈਠ ਕੇ। ਬੜੀ ਵੱਡੀ ਗੱਲ ਜਿਹੜਾ ਹੈਗਾ ਤੁਸੀਂ ਇਸ ਮੁੱਦੇ 'ਤੇ ਕੀਤੀ ਹੈ, ਮੈਂ ਉਹਨਾਂ ਮੁੱਦੇ ਵੱਲ ਵਾਪਸ ਜਿਹੜਾ ਹੈਗਾ, ਹੁਣ ਵਕਤ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਸ ਅਹਿਮ ਮੁੱਦੇ 'ਤੇ ਵਾਪਸ ਆਉਂਦੇ ਹਾਂ। ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਭਾਈ ਬਾਗੜੀ ਜੀ, ਬ੍ਰੇਕ ਤੋਂ ਪਹਿਲਾਂ ਖਾਸ ਤੌਰ 'ਤੇ ਜਿਹੜਾ ਪੰਜੌਲੀ ਸਾਹਿਬ ਨੇ ਇਹ ਮੁੱਦੇ 'ਤੇ ਗੱਲ ਕੀਤੀ ਹੈ ਕਿ ਵੀ ਸਾਨੂੰ ਅਦਾਲਤਾਂ 'ਚ ਜਾਣ ਦੀ ਬਜਾਏ ਜਾਂ ਪਾਰਲੀਮੈਂਟ, ਜਿੱਦਾਂ ਤੁਸੀਂ ਵੀ ਇਹ ਗੱਲ ਕਹੀ ਹੈ, ਇਹ ਮੁੱਦਾ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਜਾਂ ਆਪਣੇ ਅੰਦਰ ਬੈਠ ਕੇ ਭਾਈਚਾਰੇ 'ਚ ਨਿਬੇੜਿਆ ਜਾਣਾ ਚਾਹੀਦਾ ਸੀ, ਕੀ ਇਹ ਪੋਸੀਬਲ ਹੈ ਸੀ ਮੌਜੂਦਾ ਸਮੇਂ 'ਚ? ਦੇਖੋ, ਹੋਣਾ ਜ਼ਰੂਰ ਇਸ ਤਰ੍ਹਾਂ ਚਾਹੀਦਾ ਜਿਸ ਤਰ੍ਹਾਂ ਪੰਜੌਲੀ ਸਾਹਿਬ ਨੇ ਕਿਹਾ। ਓਕੇ, ਹੁਣ ਅੱਜ ਕੱਲ੍ਹ ਕਿਉਂਕਿ ਜਿਹੜੀ ਸਾਡੀ ਹੈ ਧਰਮ ਦੇ ਵਿੱਚ ਸਿਆਸਤ ਇੰਨੀ ਘੁਸੜ ਗਈ ਕਿ ਉੱਥੇ ਨਿਰਪੱਖ ਧਾਰਮਿਕ ਫੈਸਲਾ ਲੈਣਾ ਬਹੁਤ ਇਸ ਵੇਲੇ ਬਹੁਤ ਮੁਸ਼ਕਲ ਹੈ। ਦੂਸਰਾ ਸਵਾਲ ਇੱਕ ਹੋਰ ਮੇਰੇ ਮਨ 'ਚ ਆਉਂਦਾ ਹੈ ਵੀ ਇਹ ਸਹਿਜਧਾਰੀ ਸਿੱਖ, ਮਾਫ਼ ਕਰਨਾ ਮੈਂ ਕਹਿੰਦਾ, ਇਹ ਸਿਰਫ ਪੰਜਾਬ ਵਾਸਤੇ ਇੰਟਰਸਟਿਡ ਨੇ, ਦਿੱਲੀ ਗੁਰਦੁਆਰਾ ਕਮੇਟੀ 'ਚ ਕਿਉਂ ਨਹੀਂ ਜਾਂਦੇ? ਉੱਥੇ ਵੀ ਤਾਂ ਅਲਾਊਡ ਨਹੀਂ ਹੈ, ਉੱਥੇ ਕੋਈ ਨਹੀਂ, ਤਾਂ ਪੰਜਾਬ ਵਾਸਤੇ ਖਾਸ ਕੀ ਇਹਦੇ ਵਿੱਚ ਹੈ? ਰਾਣੂ ਜੀ ਪੰਜਾਬ 'ਚ ਰਹਿਣ ਵਾਲੇ ਨਾ, ਪੰਜਾਬ ਦੇ ਵਿੱਚ ਇਹ ਨਹੀਂ ਕਿ ਜੇ ਇਹ ਮਸਲਾ ਆਉਂਦਾ ਹੈ, ਇਹ ਪੰਜਾਬ ਤੱਕ ਲਿਮਿਟਿਡ ਨਹੀਂ ਹੈ। ਓਕੇ, ਇਹ ਸਾਡੀ ਕਮਿਊਨਿਟੀ ਦਾ ਹੈ, ਅਬਲਾ ਤਾਂ ਕਮਿਊਨਿਟੀ ਦੇ ਜਿਹੜੇ ਕੇਸ ਨੇ ਉਹ ਜਾਣੇ ਨਹੀਂ ਚਾਹੀਦੇ। ਹੁਣ ਕੋਈ ਕੋਰਟ ਦੱਸੇਗੀ ਕਿ ਸ਼ੀਆ ਮੁਸਲਮਾਨ ਹੈ ਕਿ ਸੁੰਨੀ ਮੁਸਲਮਾਨ ਹੈ, ਜਾਂ ਕੈਥੋਲਿਕ ਈਸਾਈ ਹੈ ਜਾਂ ਪ੍ਰੋਟੈਸਟੈਂਟ ਈਸਾਈ ਨੇ, ਇਹ ਸਾਡੇ ਆਪਣੇ ਅੰਦਰੂਨੀ ਮਾਮਲੇ ਨੇ। ਓਕੇ ਭਾਈ ਬਾਗੜੀ, ਇੱਕ ਚੀਜ਼ ਮੈਂ ਛੋਟੀ ਜਿਹੀ ਹੋਰ ਕਹਿ ਦਿਆਂ ਕਿ ਇੱਕ ਚੀਜ਼ ਨੇ ਇੱਕ ਸੰਸਥਾ ਨੂੰ ਚਲਾਉਣ ਵਾਸਤੇ ਉਸ ਦੇ ਜਿਹੜੇ ਮੈਂਬਰ ਬਣਦੇ ਨੇ ਉਹਨਾਂ ਦੀ ਇੱਕ ਕੁਆਲੀਫਿਕੇਸ਼ਨ ਬਣ ਜਾਂਦੀ ਹੈ, ਜਿਹਦੇ ਵਿੱਚ ਹੋ ਸਕਦਾ ਕਿ ਜਿਹੜਾ ਜਨ ਸਮੂਹ ਹੈ ਉਹ ਕੁਆਲੀਫਾਈ ਨਹੀਂ ਕਰਦਾ। ਓਕੇ, ਉਹਦੇ ਵਿੱਚੋਂ ਜਿਹੜੇ ਸਿਲੈਕਟਿਡ ਬੰਦੇ ਹੁੰਦੇ ਨੇ ਉਹ ਉਸ ਨੂੰ ਉਹਦੇ ਅੱਛੇ ਨੁਮਾਇੰਦੇ ਬਣ ਕੇ ਉਹ ਕੰਟਰੋਲ ਕਰਦੇ ਨੇ। ਪਰ ਭਾਈ ਬਾਗੜੀ ਜੀ, ਨੁਮਾਇੰਦਗੀ ਕਰਨੀ ਇੱਕ ਅਲੱਗ ਗੱਲ ਹੈ, ਜਨ ਸਮੂਹ ਦੀ ਜਿੱਦਾਂ ਤੁਸੀਂ ਕਰਦੇ ਹੋ ਪਾਰਟੀਸਪੇਸ਼ਨ ਇੱਕ ਆਪਣੇ ਆਪ 'ਚ ਅਲੱਗ ਗੱਲ ਹੈ। ਉਹ ਫਿਰ ਕੁਆਲੀਫਿਕੇਸ਼ਨ ਆ ਜਾਂਦੀ ਹੈ ਨਾ, ਕੌਣ ਪਾਰਟੀਸਪੇਟ ਕਰ ਸਕਦਾ? ਜੀ ਜੀ, ਜਿਹੜਾ ਪਾਰਟੀਸਪੇਟ ਕਰ ਸਕਦਾ ਉਹੀ ਉਹਦੇ 'ਚ ਉਹੀ ਅੱਗੇ ਜਾ ਸਕਦਾ। ਓਕੇ ਭਾਈ ਬਾਗੜੀ ਜੀ, ਅਸੀਂ ਰਾਣੂ ਜੀ ਤੋਂ ਪੁੱਛਦੇ ਹਾਂ। ਰਾਣੂ ਜੀ, ਖਾਸ ਤੌਰ 'ਤੇ ਜਦੋਂ ਇਹਨਾਂ ਨੇ ਗੱਲ ਕਹੀ ਹੈ, ਪੰਜੌਲੀ ਸਾਹਿਬ ਨੇ ਵੀ ਕਿਹਾ ਕਿ ਸਾਨੂੰ ਅਦਾਲਤਾਂ 'ਚ ਜਾਣ ਦੀ ਬਜਾਏ ਜਾਂ ਪਾਰਲੀਮੈਂਟ ਤੁਸੀਂ ਨਹੀਂ ਗਏ ਜਿਹੜਾ ਹੈਗਾ, ਇਹਨਾਂ ਦਾ ਕਹਿਣਾ ਕਿ ਵੀ ਇਹ ਮਸਲਾ ਅਕਾਲ ਤਖ਼ਤ ਜਾਂ ਸਿੱਖ ਭਾਈਚਾਰੇ 'ਚ ਅੰਦਰ ਬੈਠ ਕੇ ਨਿਪਟਿਆ ਜਾਣਾ ਚਾਹੀਦਾ ਸੀ? ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਨਾਲ, ਔਰ ਇਹਦੇ 'ਚ ਕੋਈ ਮੈਨੂੰ ਕਿੰਤੂ ਨਹੀਂ ਹੈ। ਓਕੇ, ਪਰ ਮੈਂ ਪੰਜੌਲੀ ਸਾਹਿਬ ਤੋਂ ਹੀ ਇਹ ਸਵਾਲ ਕਰਦਾ ਕਿ ਜਿਸ ਕੌਮ ਦੇ ਅਕਾਲ ਤਖ਼ਤ ਸਰਵਉੱਚ ਸੰਸਥਾ ਹੈ ਸਾਡੀ, ਜਿਹਨੂੰ ਮੰਨਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ, ਜਦ ਉਸ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਮੁਖੀ ਨੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਉਹਨਾਂ ਦੀ ਚੋਣ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਰਦੇ ਨੇ। ਓਕੇ, ਜਦ ਉਹ ਲਿਫਾਫੇ ਰਾਹੀਂ ਜਥੇਦਾਰ ਸਾਹਿਬ ਦੇ ਨਾਮ ਪੇਸ਼ ਕਰਦੇ ਨੇ, ਕੀ ਸਾਨੂੰ ਉੱਥੋਂ ਇਨਸਾਫ ਮਿਲ ਸਕਦਾ? ਪਹਿਲੀ ਗੱਲ। ਦੂਸਰੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਰਵਉੱਚ ਸੰਸਥਾ ਹੈ, ਬਿਲਕੁਲ, ਜਿਹਦੇ ਉੱਪਰ ਸਭ ਤੋਂ ਜ਼ਿਆਦਾ ਕਬਜ਼ਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਕੀ ਸਾਨੂੰ ਉੱਥੋਂ ਇਨਸਾਫ ਮਿਲ ਸਕਦਾ? ਬਿਲਕੁਲ ਨਹੀਂ। ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਮਤੇ ਪਾ ਪਾ ਕੇ ਸੈਂਟਰ ਗੌਰਮੈਂਟ ਨੂੰ ਭੇਜ ਰਹੀ ਹੈ ਕਿ ਸਹਿਜਧਾਰੀ ਸਿੱਖਾਂ ਦਾ ਵੋਟ ਅਧਿਕਾਰ ਖਤਮ ਕੀਤਾ ਜਾਵੇ, ਮੈਂ ਇਹ ਗੱਲ ਕਹਿਣੀ ਚਾਹੁੰਦਾ। ਬਿਲਕੁਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਗਈ ਹੈ, ਅਸੀਂ ਤਾਂ ਜੰਮੇ ਵੀ ਨਹੀਂ ਸੀ, ਅਸੀਂ ਸਹਿਜਧਾਰੀ ਸਿੱਖ ਪਾਰਟੀ ਪੈਦਾ ਵੀ ਨਹੀਂ ਸੀ ਹੋਈ, ਨਾ ਸਾਨੂੰ ਲੋੜ ਸੀ ਇਹਦੀ। ਮੈਂ ਬਿਲਕੁਲ ਬਾਗੜੀਆ ਸਾਹਿਬ ਦੇ ਨਾਲ ਸਹਿਮਤ ਹੈ ਕਿ ਸਿੱਖ ਸਿਰਫ ਦੋ ਤਰ੍ਹਾਂ ਦੇ ਹੀ ਨੇ, ਇੱਕ ਅੰਮ੍ਰਿਤਧਾਰੀ, ਬਾਕੀ ਗੈਰ ਅੰਮ੍ਰਿਤਧਾਰੀ। ਪਰ ਜਿਹੜਾ ਗੈਰ ਅੰਮ੍ਰਿਤਧਾਰੀ ਹੈ ਉਹ ਵੀ ਸਿੱਖ ਹੀ ਹੈ, ਸਾਨੂੰ ਉਹਨੂੰ ਸਹਿਜਧਾਰੀ ਕਹਿਣ ਦੀ ਲੋੜ ਨਹੀਂ ਹੈ। ਦੇਰ ਆਰ ਓਨਲੀ ਟੂ ਗ੍ਰੇਟਰ ਡਿਵੀਜ਼ਨਸ, ਆਹ ਗੁਰਦੁਆਰਾ ਐਕਟ ਹੈ ਮੇਰੇ ਕੋਲ 1925 ਦਾ, ਮੈਂ ਇਸ ਐਕਟ ਦੇ ਵਿੱਚ ਹੀ ਗੱਲ ਕਰਨਾ ਚਾਹੁੰਦਾ ਕਿਉਂਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਐਕਟ ਨਾਲ ਚੱਲਦੀ ਹੈ। ਜੀ ਜੀ, ਇਹਦਾ ਜਿਹੜਾ ਪ੍ਰੀਐਂਬਲ ਹੈ, ਪ੍ਰੀਐਂਬਲ ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਪ੍ਰੀਐਂਬਲ ਦਾ ਮਤਲਬ ਹੁੰਦਾ ਕਿ ਇਸ ਐਕਟ ਨੂੰ ਬਣਾਉਣ ਦਾ ਮਕਸਦ ਕੀ ਹੈ ਔਰ ਕਿਵੇਂ ਇਹਨੇ ਚੱਲਣਾ, ਜਿਹੜੀ ਉਹਦੀ ਪਰਿਭਾਸ਼ਾ ਮੇਨ ਐਕਟ ਦੀ ਪਰਿਭਾਸ਼ਾ, ਉਹਦੇ 'ਚ ਸਾਫ਼ ਲਿਖਿਆ ਹੋਇਆ ਕਿ ਗੁਰਦੁਆਰਿਆਂ ਦੀ ਦੇਖ ਰੇਖ ਪ੍ਰਬੰਧ ਕਰਨਾ ਜਾਂ ਉਹਦੇ ਵਿੱਚ ਕੋਈ ਕੁਰੀਤੀਆਂ ਹੋਣ ਤਾਂ ਉਹਦੀ ਜਾਂਚ ਕਰਕੇ ਉਸ ਨੂੰ ਹੈਂਡਲ ਕਰਨਾ ਔਰ ਇਹਦਾ ਪ੍ਰਚਾਰ, ਧਰਮ ਦਾ ਪ੍ਰਚਾਰ ਕਰਨਾ। ਅੱਜ ਸਾਡੀ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈ? ਜਨਾਬ ਬੈਠੇ ਨੇ, SGPC ਮੈਂਬਰ ਨੇ, ਐਗਜ਼ੈਕਟਿਵ ਦੇ ਮੈਂਬਰ ਨੇ, ਇਹ ਦੱਸਣ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਪ੍ਰਚਾਰ ਕਰ ਰਹੀ ਹੈ। ਸਿਵਾਏ ਰਾਜਨੀਤੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਛ ਨਹੀਂ ਕੀਤਾ। 1944 ਦੇ ਵਿੱਚ ਇਸ ਐਕਟ ਦੇ ਵਿੱਚ ਅਮੈਂਡਮੈਂਟ ਹੋਈ ਜਿੱਥੇ ਸਹਿਜਧਾਰੀ ਵਰਡ ਇੰਟਰੋਡਿਊਸ ਹੋਇਆ, ਜਿੱਥੇ ਸਹਿਜਧਾਰੀ ਸਿੱਖਾਂ ਨੂੰ ਵੋਟਿੰਗ ਰਾਈਟ ਮਿਲਿਆ ਔਰ ਉਸ ਵਕਤ ਧਰਮ ਦੇ ਵਿੱਚ ਰਾਜਨੀਤੀ ਇੰਨੀ ਭਾਰੂ ਨਹੀਂ ਸੀ। ਲੋਕ ਜਿਹੜੇ ਸਨ, ਸਾਡੇ ਸਿੱਖ ਲੀਡਰ ਸਨ, ਉਹ ਚਾਹੁੰਦੇ ਸਨ
कि सिख धर्म नूं विशाल किया जाए, सिख जिहड़े सिख परिवारां च पैदा होए ने जां सिख धर्म नूं बिलीव करदे ने उहनां लोकां नूं प्रबंध दे विच, प्रबंध नहीं मैं कहांगा, उहनां नूं इस पासे लाया जाए कि वह वोट पा सकन, अपने प्रबंधक चुन सकन। और इस लई इह इंट्रोड्यूस होया। अज इहनां नूं बाहर कढ़न दी खातर एक राजनीतिक मोटिव है। 1944 दे विच धार्मिक मोटिव सी सिख धर्म नूं इकट्ठा करन दा, अज जिहड़ा राजनीतिक मोटिव है सिख धर्म नूं अलग करन दा। जी जी जी, पहली गल इह मैं क्लीयर करनी चाहुंदा। दूसरी गल रही पार्लीमेंट दे विच जाण दी जां अदालत जाण दी, असी अदालत दे विच बाद च गए हां। सहजधारी सिख फैडरेशन 2003 च बनी है ये, जदके जिहड़े मामले ने ये 2001 तो चुके जा रहे सी SGPC वालों। SGPC दे सैकटरी खुद लैटरस लिख रहे सन होम मिनिस्टर अडवाणी जी नूं। अडवाणी जी ने यह गल्लां मैं जो दस रहा ये इंटरनल सिक्योरिटी इशूज़ ने जिहड़ियां फाइलों के ऑन रिकॉर्ड ने, जिहड़ियां कि हाई कोर्ट के ड्यूरिंग साडे जिहड़ा केस चलिया तां जज साहब ने पढ़ के सुनाइया ने, वह मैं तुहानूं गल्लां खुलासा इस पहली बार इस चैनल पर खुलासा कर रहा। और ये सिर्फ स्पोक्समैन अखबार ने इहनूं छापिया हैगा कि पहलियां चिट्ठियां जिहड़ियां गईयां ने ਉਹ ਬਿਨਾਂ ਕਿਸੇ ਗੱਲ ਤੋਂ ਫਾਈਲ ਤਿਆਰ ਹੋਈ ਹੈ ਸੈਂਟਰ ਦੇ ਵਿੱਚ। ਅਡਵਾਨੀ ਸਾਹਿਬ ਹੋਮ ਮਿਨਿਸਟਰ ਸਨ ਔਰ ਉਦੋਂ ਇੱਕ ਫਾਈਲ ਤਿਆਰ ਕੀਤੀ ਗਈ ਕਿ ਸਹਿਜਧਾਰੀਆਂ ਦਾ ਵੋਟ ਹੱਕ ਕਿਵੇਂ ਖਤਮ ਕੀਤਾ ਜਾਵੇ। ਫੇਰ ਲੈਟਰ ਗਈ ਹੈ SGPC ਵੱਲੋਂ। ਓਕੇ, ਤੁਹਾਨੂੰ ਲੱਗਦਾ ਕਿ ਕਿਸੇ ਗਿਣੀ ਮਿੱਥੀ ਸਾਜਿਸ਼ ਦੇ ਅਧੀਨ? ਗਿਣੀ ਮਿੱਥੀ ਸਾਜਿਸ਼ RSS ਦੀ ਸੀ। ਕਿਸੇ ਵੀ ਹੋਰ ਸੈਕੂਲਰ ਗੌਰਮੈਂਟ ਦੇ ਵਿੱਚ ਸੈਂਟਰ ਦੇ ਵਿੱਚ ਜਦੋਂ ਵੀ ਕੋਈ ਸਰਕਾਰ ਹੋਰ ਆਈ ਹੈ ਉਦੋਂ ਇਹ ਮਾਮਲਾ ਨਹੀਂ ਉੱਠਿਆ। 2003 ਵਿੱਚ ਅਡਵਾਨੀ ਸਾਹਿਬ ਗ੍ਰਹਿ ਮੰਤਰੀ ਸੀ, BJP ਦੀ ਸਰਕਾਰ ਸੀ, ਹੁਣ ਵੀ BJP ਦੀ ਸਰਕਾਰ ਹੈ। ਜੀ ਜੀ, ਹੁਣ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਗੱਲ ਪ੍ਰਚਾਰਿਤ ਕੀਤੀ ਜਾ ਰਹੀ ਹੈ ਕਿ ਗੈਰ ਧਰਮਾਂ ਦੇ ਲੋਕ ਸਾਡੇ ਧਰਮ ਦੇ ਕਬਜ਼ਾ ਨਾ ਕਰ ਲੈਣ, ਇਸ ਕਰਕੇ ਅਸੀਂ ਇਹ ਅਮੈਂਡਮੈਂਟ ਲਿਆ ਰਹੇ ਹਾਂ। ਓਕੇ ਓਕੇ, ਰਾਣੂ ਜੀ, ਮੈਂ ਬੜਾ ਇੰਪੋਰਟੈਂਟ ਮੁੱਦਾ ਜਿਹਦੇ ਤੁਸੀਂ ਗੱਲ ਕਰਦੇ, ਮੈਂ ਦੁਬਾਰਾ ਆਉਣਾ ਇਸ ਮੁੱਦੇ 'ਤੇ ਕਿ ਗੈਰ ਧਰਮਾਂ ਦੀ ਜਦੋਂ ਮੈਂ ਇੱਥੇ ਇੱਕ ਪੁਆਇੰਟ ਦੇਣਾ ਚਾਹੂੰਗਾ। ਓਕੇ ਓਕੇ, ਕਿ ਗੈਰ ਧਰਮਾਂ ਦੇ ਲੋਕਾਂ ਨੂੰ ਅਸੀਂ ਆਉਣ ਤੋਂ ਰੋਕਣ ਲਈ ਗੱਲ ਕਰ ਰਹੇ ਹਾਂ। ਪਾਰਲੀਮੈਂਟ 'ਚ ਵੀ ਬੀਬਾ ਹਰਸਿਮਰਤ ਜੀ ਨੇ ਇਹ ਗੱਲ ਕਹੀ ਕਿ ਗੈਰ ਧਰਮਾਂ ਦੇ ਲੋਕ ਜਿਹੜੇ ਹੈ ਉਹ ਇਹਦੇ ਵਿੱਚ ਨਾ ਆਉਣ, ਇਸ ਲਈ ਅਸੀਂ ਰੋਕਣਾ ਚਾਹੁੰਦੇ ਹਾਂ। ਇਹੀ ਗੱਲ ਰਾਜਨਾਥ ਜੀ ਨੇ ਕਹੀ। ਪਰ ਕੀ ਸਾਡੀ ਪਾਰਲੀਮੈਂਟ ਦੇ ਵਿੱਚ ਸਿੱਖਾਂ ਨੇ ਕੱਲ੍ਹ ਬਿੱਲ ਪਾਸ ਕੀਤਾ? ਕੀ ਉੱਥੇ ਗੈਰ ਸਿੱਖ ਨਹੀਂ ਸਨ? ਬਹੁਤ ਗਿਣਤੀ ਗੈਰ ਸਿੱਖਾਂ ਦੀ ਸੀਗੀ ਜਿਸ ਪਾਰਲੀਮੈਂਟ ਦੇ ਵਿੱਚ। ਬੜਾ ਇੰਪੋਰਟੈਂਟ ਕੁਐਸਚਨ ਜਿਹੜਾ ਰਾਣੂ ਜੀ, ਬੜਾ ਇੰਪੋਰਟੈਂਟ ਕੁਐਸਚਨ ਤੁਸੀਂ ਰੇਜ਼ ਕੀਤਾ ਹੈ। ਪੰਜੋਲੀ ਜੀ, ਜਿਹੜਾ ਮੁੱਦਿਆਂ 'ਤੇ ਇਹਨਾਂ ਨੇ ਗੱਲ ਕੀਤੀ ਹੈ, ਜਿੱਦਾਂ ਤੁਸੀਂ ਕਿਹਾ ਸੀ ਕਿ ਜਿੱਦਾਂ ਸਿੰਘ ਸਾਹਿਬਾਨ ਦੀ ਗੱਲ ਕਰਦੇ ਹਾਂ ਕਿ ਸਿੰਘ ਸਾਹਿਬਾਨ ਇਹਨਾਂ ਦਾ ਕਹਿਣਾ ਕਿ ਆਪਣੀ ਉਹ ਜਿਹੜੀ ਸਥਿਤੀ ਹੈ, ਉਹ ਅਵਸਥਾ, ਉਹ ਗੁਆ ਚੁੱਕੇ ਹੈ ਕਿ ਵੀ ਸਾਰੇ ਸਿੱਖ ਭਾਈਚਾਰੇ ਨੂੰ ਇਕੱਠਾ ਕਰਕੇ ਇੱਦਾਂ ਦੇ ਕੋਈ ਫੈਸਲੇ ਲੈ ਚੁੱਕੇ ਹੈ। ਦੂਜੀ ਗੱਲ ਜਿਹੜੀ SGPC ਦੇ, ਇਹਨਾਂ ਦਾ ਕਹਿਣਾ ਕਿ ਪਾਰਲੀਮੈਂਟ ਦੇ ਅੰਦਰ ਤਾਂ ਅਸੀਂ ਆਪ ਲੈਟਰ ਲਿਖ ਲਿਖ ਕੇ ਕੇਂਦਰ ਨੂੰ ਇਨਵਾਈਟ ਕੀਤਾ ਇਸ ਗੱਲ ਦੇ ਲਈ ਕਿ ਤੁਸੀਂ ਇਸ ਗੱਲ 'ਚ ਦਖਲ ਦਿਓ, ਔਰ ਜਿਹੜਾ ਬਿੱਲ ਪਾਸ ਕੀਤਾ ਗਿਆ ਉਹਦੇ 'ਚ ਸਿੱਖਾਂ ਨੇ ਪਾਸ ਨਹੀਂ ਕੀਤਾ, ਉਹਦੇ ਨੌਨ ਸਿੱਖ ਵੀ ਸੀ, ਉਹ ਪੂਰੀ ਪਾਰਲੀਮੈਂਟ ਨੇ ਪਾਸ ਕੀਤਾ। ਨਹੀਂ, ਗੱਲ ਜਿੱਥੋਂ ਤੱਕ ਤਾਂ ਦੇਖੋ ਜਥੇਦਾਰ ਸਾਹਿਬਾਨਾਂ ਦਾ ਸਵਾਲ ਹੈ, ਉਹਦੇ ਲਈ ਮੈਂ ਤੁਹਾਡੇ ਚੈਨਲ ਦੇ ਉੱਤੇ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ, ਬਿਲਕੁਲ ਠੀਕ, ਕਿ ਜਥੇਦਾਰ ਸਾਹਿਬਾਨ ਪੰਥ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ 'ਚ ਅਸਫਲ ਰਹੇ ਨੇ। ਔਰ ਇਹੀ ਕਾਰਨ ਹੈ ਕਿ ਬਹੁਤ ਸਾਰੇ ਪੰਥ ਦੇ ਮਸਲੇ ਨੇ ਜਿਹੜੇ ਪੰਥ ਨੇ ਨਜਿੱਠਣੇ ਸੀ ਅਕਾਲ ਤਖ਼ਤ 'ਤੇ ਨਜਿੱਠਣੇ ਸੀ, ਅੱਜ ਅਦਾਲਤਾਂ ਦੇ ਚੱਕਰਾਂ ਪਏ ਹੋਏ ਨੇ। ਦੂਸਰੀ ਗੱਲ ਜਿਹੜੀ ਹੈ, ਦੇਖੋ ਐਕਟ ਬਣਾਇਆ ਮਤਲਬ ਸਰਕਾਰ ਨੇ, ਸਰਕਾਰ ਦੇ ਬਣੇ ਹੋਏ ਐਕਟ ਦੇ ਵਿੱਚ ਜੇ ਕਿਤੇ 1944 ਵਿੱਚ ਅਮੈਂਡਮੈਂਟ ਹੋਈ ਹੈ ਤਾਂ ਸਿੱਖਾਂ ਨੇ ਮਹਿਸੂਸ ਕੀਤਾ ਕਿ ਇਹ ਮਤਲਬ ਸਾਡੇ ਬੱਚਿਆਂ ਨੂੰ ਪਤਤ ਪੁਣੇ ਵੱਲ ਪ੍ਰੇਰਨ ਦਾ ਮਤਲਬ ਰਾਹ ਅਖਤਿਆਰ ਕਰਦਾ, ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਰਾਹ ਗਲਤ ਹੈ, ਨਹੀਂ ਹੋਣਾ ਚਾਹੀਦਾ, ਅਸੀਂ ਉਹਦੀ ਅਮੈਂਡਮੈਂਟ ਚਾਹੁੰਦੇ ਹਾਂ ਕਿ ਇਹ ਕਲਾਜ਼ ਖਤਮ ਕੀਤੀ ਜਾਵੇ। ਸਹਿਜਧਾਰੀ ਮੁਸਲਮਾਨਾਂ 'ਚ ਸਹਿਜਧਾਰੀ ਕਿਉਂ ਨਹੀਂ, ਕੋਈ ਹਿੰਦੂਆਂ 'ਚ ਕਿਉਂ ਨਹੀਂ ਸਹਿਜਧਾਰੀ, ਕੋਈ ਕੇਵਲ ਸਿੱਖਾਂ ਵਿੱਚ ਇਸ ਕਿਸਮ ਦੀ ਕਲਾਜ਼ ਪੈਦਾ ਕਰਕੇ। ਭਾਈ ਬਾਗੜੀ ਜੀ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਸਹਿਜਧਾਰੀ ਆਪਣੇ ਆਪ 'ਚ ਕੁਛ ਹੈ ਹੀ ਨਹੀਂ, ਜਾਂ ਅਮਰਧਾਰੀ ਹੈ ਜਾਂ ਨੌਨ ਅਮਰਧਾਰੀ ਹੈ, ਜੀ ਡੈਫੀਨੇਸ਼ਨ ਨਹੀਂ ਹੈ। ਦੂਜੀ ਗੱਲ, ਤੀਸਰੀ ਗੱਲ ਜਿਹੜੀ ਯਾਰ, ਇਹ ਕਹਿਣਾ ਬਈ ਮੈਂ ਇਹ ਰਾਣੂ ਜੀ ਦੀ ਇਸ ਗੱਲ ਨਾਲ ਤਾਂ ਸਹਿਮਤ ਹੈਗਾ ਕਿ ਕੋਈ ਦੂਜੇ ਧਰਮ ਵਾਲਾ ਦੇਖੋ ਕੋਈ ਆ ਕੇ ਸਿੰਘ ਸਾਜੇ, ਸਿੱਖੀ ਸਰੂਪ ਧਾਰਨ ਕਰ ਜੇ, ਉਹ ਅਮਰ ਛੱਕ ਕੇ ਵੋਟ ਬਣਾ ਲਵੇਗਾ, ਮੈਂਬਰ ਬਣ ਜਾਵੇ, ਉਹਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਨਹੀਂ ਰੋਕਿਆ ਜਾ ਸਕਦਾ, ਇਹ ਵੈਲਕਮ ਕਰਨਾ ਚਾਹੀਦਾ ਇਸ ਇਸ਼ੂ ਦੇ ਉੱਤੇ। ਪਰ ਮੈਂ ਇੱਕ ਗੱਲ ਜਿਹੜੀ ਆ ਇਹ ਜ਼ਰੂਰ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਕਿ ਹੁਣ ਇਹ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇੱਕ ਵੱਡਾ ਚੈਲੰਜ ਬਣ ਗਿਆ। ਚੈਲੰਜ ਉਹਨਾਂ ਲਈ ਇਹ ਹੈ ਕਿ ਜਿਹੜੇ 70 ਲੱਖ ਮਤਲਬ ਉਹ ਵਿਅਕਤੀ ਜਿਨ੍ਹਾਂ ਨੇ ਸਿੱਖੀ ਸਰੂਪ 'ਚ ਕਿਤੇ ਨਾ ਕਿਤੇ ਕਮਜ਼ੋਰੀ ਹੈ, ਦਾੜੀ ਕੱਟੀ ਹੋਈ ਹੈ, ਉਹਨਾਂ ਨੂੰ ਆਪਣੀ ਬੁੱਕਲ ਵਿੱਚ ਕਿਵੇਂ ਲੈਣ ਦਾ ਯਤਨ ਕਰਦੇ ਨੇ, ਇਹ ਵੱਡਾ ਚੈਲੰਜ ਹੈ। ਜੀ ਜੀ, ਇਹ ਇਹਦੇ ਉੱਤੇ ਸ਼੍ਰੋਮਣੀ ਕਮੇਟੀ ਨੂੰ ਡਟ ਕੇ ਪਹਿਰੇਦਾਰੀ ਕਰਨੀ ਚਾਹੀਦੀ ਆ, ਔਰ ਜੋ ਵੀ ਯਤਨ ਉਹ ਕਰ ਸਕਦੇ ਨੇ ਉਹ ਕਰਨ, ਇਹਨਾਂ ਨੂੰ ਮਤਲਬ ਕਿਤੇ ਅਜਿਹਾ ਨਾ ਹੋਵੇ ਵੀ ਐਡੇ ਵੱਡੇ ਪੰਥ ਦੀ ਮਤਲਬ ਗਲਵੱਕੜੀ ਵਿੱਚੋਂ ਸਾਡੇ ਬੱਚੇ ਜਾਂ ਹੋਰ ਲੋਕ ਜਿਹੜੇ ਨੇ ਉਹ ਨਿਕਲ ਜਾਣ, ਕਿਸੇ ਹੋਰ ਪਾਸੇ ਨੁਕਸਾਨ ਕਰ ਬੈਠੀਏ। ਦੇਖੋ ਨਿਕਲ ਨਹੀਂ ਦੇਣੇ ਚਾਹੀਦੇ, ਥੈਂਕ ਯੂ ਵੈਰੀ ਮਚ, ਉਹਨਾਂ ਨੂੰ ਮੋੜਨਾ ਚਾਹੀਦਾ। ਥੈਂਕ ਯੂ ਵੈਰੀ ਮਚ, ਅਸੀਂ ਆਪਣੇ ਮਹਿਮਾਨਾਂ ਦੇ ਨਾਲ
ਸਹਿਤਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ। ਪਾਰਲੀਮੈਂਟ ਨੇ ਜਿਹੜਾ ਬਿੱਲ ਪਾਸ ਕੀਤਾ, ਇਹਨਾਂ ਮੁੱਦਿਆਂ 'ਤੇ ਚਰਚਾ ਕਰ ਰਹੇ ਹਾਂ ਦੋ ਪੜਾਅ ਵੀ। ਪਹਿਲੇ ਪੜਾਅ ਦੀ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਭਾਈ ਅਸ਼ੋਕ ਸਿੰਘ ਬਾਗੜੀਆਂ, ਸਾਹ ਕਰਨੈਲ ਸਿੰਘ ਪੰਜੌਲੀ, ਸਾਹ ਪਰਮਜੀਤ ਸਿੰਘ ਰਾਣੂ ਤਿੰਨੇ ਹੀ ਮਹਿਮਾਨਾਂ ਦਾ ਧੰਨਵਾਦੀ ਹੈ। ਔਰ ਦਰਸ਼ਕਾਂ ਦੇ ਲਈ ਮੇਰਾ ਆਮ ਦੀ ਤਰ੍ਹਾਂ ਸੁਨੇਹਾ ਕਿ ਇਸ ਮੁੱਦੇ ਨਾਲ ਜੁੜੀ ਤੁਸੀਂ ਦੂਜੇ ਪੜਾਅ ਦੀ ਚਰਚਾ ਦੇਖਣਾ ਵੀ ਨਾ ਭੁੱਲਿਓ।